ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਸਵਾਗਤ ਹੈ ਜੀ ਅੱਜ ਦੇ ਵੀਡੀਓ ਵਿੱਚ। ਅੱਜ ਅਸੀਂ CEP ਪਲੈਨ ਦੇ ਤਹਿਤ ਜੋ ਪ੍ਰੈਕਟਿਸ ਸ਼ੀਟਸ ਆ ਰਹੀਆਂ ਨੇ ਵਿਦਿਆਰਥੀਆਂ ਨੂੰ ਹਫ਼ਤਾਵਾਰ, ਉਹਦੇ ਵਿੱਚ 7ਵੀਂ ਕਲਾਸ ਦੀ ਵੀਕਲੀ ਪ੍ਰੈਕਟਿਸ ਸ਼ੀਟ ਨੰਬਰ 5 ਲੈ ਕੇ ਆਏ ਹਾਂ ਸਾਇੰਸ ਵਿਸ਼ੇ ਦੀ। ਇਹਦਾ ਤੁਹਾਨੂੰ ਸਲਿਊਸ਼ਨ ਦੇਵਾਂਗੇ। ਸੋ ਹੁਣ ਜੋ ਸ਼ੀਟਸ ਆ ਰਹੀਆਂ ਉਹਨਾਂ ਦੀ ਕੰਪੀਟੈਂਸੀ ਨਾਲ ਲਿਖੀ ਹੈ, ਕਿਉਂਕਿ ਕੰਪੀਟੈਂਸੀ ਬੇਸ ਟੈਸਟ ਹੈ। ਯਾਨੀ ਕਿਹੜੇ ਕੰਸੈਪਟ 'ਤੇ ਕੁਐਸਚਨ ਬਣੇ ਆ, ਵਰਕਸ਼ੀਟ ਬਣੀ ਆ, ਉਹ ਤੁਸੀਂ ਪੜ੍ਹ ਸਕਦੇ ਹੋ। ਠੀਕ ਹੈ ਜੀ। ਇਹ ਕੰਪੀਟੈਂਸੀ 'ਚ ਅਸੀਂ ਮੋਸ਼ਨ ਦੇ ਬਾਰੇ ਪੜ੍ਹਨਾ ਹੈ, ਟਾਈਪ ਆਫ ਮੋਸ਼ਨ, ਸਲੋ ਮੋਸ਼ਨ, ਫਾਸਟ ਮੋਸ਼ਨ। ਠੀਕ ਹੈ ਜੀ। ਗਤੀ ਵਾਲਾ ਚੈਪਟਰ ਉਹਦੇ 'ਚੋਂ ਲਿਆ ਗਿਆ। ਰਾਮ ਆਪਣੇ ਪਿਤਾ ਨਾਲ ਕਾਰ 'ਤੇ ਬਠਿੰਡੇ ਤੋਂ ਮਾਨਸਾ ਜਾ ਰਿਹਾ ਸੀ। ਉਸਦੇ ਪਿਤਾ ਨੇ ਰਾਮ ਨੂੰ ਪੁੱਛਿਆ ਕਿ ਅਸੀਂ ਬਾਨਾਂ ਦੀ ਤੈਅ ਕੀਤੀ ਦੂਰੀ ਕਿਹਦੇ ਨਾਲ ਨਾਪਦੇ ਹਾਂ। ਤੁਹਾਨੂੰ ਕਲਾਸ 'ਚ ਦੱਸਿਆ ਸੀ, ਆਏਗਾ ਓਡੋਮੀਟਰ। ਦੂਸਰਾ, ਸਮੇਂ ਨੂੰ ਮਾਪਣ ਲਈ ਵਰਤੀਆਂ ਜਾਂਦੀਆਂ ਘੜੀਆਂ ਦੀਆਂ ਸੂਈਆਂ, ਠੀਕ ਹੈ, ਘੰਟਿਆਂ ਦੀ ਜਿਹੜੀ ਸੂਈ ਹੈ ਕਿਹੜੀ ਕਿਸਮ ਦੀ ਗਤੀ ਕਰਦੀ ਆ, ਸਰਲ ਰੇਖੀ, ਸਮਾਨ ਅਸਮਾਨ। ਇਹ ਆਏਗਾ ਸਮਾਨ, ਬਰਾਬਰ ਸਰਕਦੀ ਹੈ ਸਮੇਂ ਦੇ ਹਿਸਾਬ ਨਾਲ। ਤੀਸਰਾ, ਰਾਮ ਅਤੇ ਸ਼ਾਮ ਨੇ ਖੇਡਦਿਆਂ ਹੋਇਆਂ ਇੱਕ ਘੋਗੇ ਨੂੰ ਦੇਖਿਆ, ਅਤੇ ਘੋਗੇ ਦੀ ਜਿਹੜੀ ਗਤੀ ਕਿਹੜੀ ਹੁੰਦੀ ਹੈ, ਮੰਦ ਗਤੀ। ਤੀਸਰਾ, ਚੌਥਾ, ਚਾਲ ਦੀ ਮੂਲ ਇਕਾਈ ਕੀ ਹੈ, ਚਾਲ ਦੀ ਮੂਲ ਇਕਾਈ ਹੈ ਮੀਟਰ ਪ੍ਰਤੀ ਸੈਕਿੰਡ। ਦੂਸਰਾ, ਪੰਜਵਾਂ, ਦਿੱਲੀ ਅਤੇ ਬਠਿੰਡਾ ਸਟੇਸ਼ਨ ਵਿਚਕਾਰ 240 ਕਿਲੋਮੀਟਰ ਦੂਰੀ ਹੈ, ਸਮਾਂ 'ਚ 6 ਘੰਟੇ ਲੱਗਿਆ, ਅਤੇ ਉਹਦੀ ਗਤੀ ਕਿੰਨੀ ਆਈ ਕਿ 240 ਨੂੰ 6 ਨਾਲ ਭਾਗ ਕਰ ਦਿਓ, 6 × 24 ਇਹ ਆਏਗਾ ਜੀ 40 ਕਿਲੋਮੀਟਰ ਪ੍ਰਤੀ ਘੰਟਾ। ਛੇਵਾਂ, ਜੇਕਰ ਅਸੀਂ ਐੱਸ ਨੂੰ ਗਤੀ, ਡੀ ਨੂੰ ਦੂਰੀ ਅਤੇ ਟੀ ਨੂੰ ਸਮਾਂ ਕਹਿੰਦੇ ਹਾਂ ਤਾਂ ਰਿਲੇਸ਼ਨ ਕੀ ਆਏਗਾ, ਐੱਸ=DT, ਇਹ ਸਹੀ ਹੋਏਗਾ। ਸੱਤਵਾਂ, ਹੇਠ ਲਿਖਿਆਂ ਵਿੱਚੋਂ ਤੇਜ਼ ਵਸਤੂ ਦੀ ਚੋਣ ਕਰਨੀ, ਰੇਸਿੰਗ ਕਾਰ, ਚੀਤਾ, ਘੋੜਾ, ਖਰਗੋਸ਼। ਰੇਸਿੰਗ ਕਾਰ ਆਏਗੀ, ਕਿਉਂਕਿ ਰੇਸਿੰਗ ਕਾਰ ਚੀਤੇ ਤੋਂ ਜ਼ਿਆਦਾ ਤੇਜ਼ ਚੱਲਦੀ ਹੈ। ਅਗਲਾ ਪ੍ਰਸ਼ਨ, ਅੱਧੀ ਛੁੱਟੀ ਦੌਰਾਨ ਰੀਟਾ ਆਪਣੀਆਂ ਸਹੇਲੀਆਂ ਨਾਲ ਪੀਂਗ ਝੂਟ ਰਹੀ ਸੀ। ਉਸਦੇ ਸਾਇੰਸ ਅਧਿਆਪਕ ਨੇ ਉਸ ਕੋਲੋਂ ਆਏ ਅਤੇ ਪੀਂਗ ਦੀ ਗਤੀ ਦੀ ਕਿਸਮ ਬਾਰੇ ਪੁੱਛਿਆ। ਸੋ ਪੀਂਗ ਦੀ ਗਤੀ ਕਿਹੜੀ ਹੈ, ਸਰਲ, ਡੋਲਨ, ਚੱਕਰਾਕਾਰ, ਇਹ ਆਏਗੀ ਡੋਲਨ ਗਤੀ। ਠੀਕ ਹੈ ਜੀ। ਨੌਵਾਂ, ਪ੍ਰਤੀ ਇਕਾਈ ਸਮੇਂ ਵਿੱਚ ਡੋਲਨ ਦੀ ਗਤੀ ਨੂੰ ਕੀ ਕਿਹਾ ਜਾਂਦਾ ਹੈ, ਅਵਰਤਕਾਲ, ਅਵਰਤੀ, ਤਰੰਗ ਲਪਾਈ, ਇਹ ਆਏਗਾ ਜੀ ਪ੍ਰਤੀ ਇਕਾਈ ਸਮੇਂ 'ਚ ਡੋਲਣਾ ਦੀ ਕਿੰਨੀ ਜਿਹੜੀ ਹੋਏਗੀ, ਇਹ ਵਰਤੀ ਜਿਹਨੂੰ ਫ੍ਰੀਕੁਐਂਸੀ ਕਹਿੰਦੇ ਆ। ਦੂਜਾ ਹੈਗਾ ਦਸਵਾਂ, ਗੁਤਨਾਜ਼ ਨੇ ਆਪਣੇ ਦਾਦਾ ਜੀ ਨੂੰ ਪੁੱਛਿਆ ਕਿ ਪੁਰਾਣੇ ਸਮਿਆਂ ਵਿੱਚ ਜਦੋਂ ਘੜੀ ਨਹੀਂ ਹੁੰਦੀ ਸੀ ਤਾਂ ਸਮੇਂ ਨੂੰ ਮਾਪਣ ਲਈ ਕਿਹੜੇ ਯੰਤਰ ਦੀ ਵਰਤੋਂ ਕਰਦੇ ਸੀ, ਸੂਰਜੀ ਘੜੀ, ਰੇਤ ਘੜੀ, ਪਾਣੀ ਘੜੀ, ਇਹ ਸਾਰੀਆਂ ਘੜੀਆਂ ਪੁਰਾਣੀਆਂ। ਇਹਦਾ ਆਂਸਰ ਆਏਗਾ ਚੌਥਾ। ਆਵਰਤੀ ਨੂੰ ਮਾਪਣ ਦੀ ਇਕਾਈ ਕਿਹੜੀ ਹੈ, ਹਰਟਜ਼, ਇਹਦਾ ਆਏਗਾ ਦੂਸਰਾ। ਬਾਰਵਾਂ, ਹੇਠ ਲਿਖਿਆਂ ਵਿੱਚੋਂ ਕਿਹੜੀਆਂ ਗ੍ਰਾਫ ਦੀਆਂ ਕਿਸਮਾਂ ਹਨ, ਰੇਖੀ ਗ੍ਰਾਫ, ਛੜ ਗ੍ਰਾਫ, ਪਾਈ ਚਾਰਟ, ਸਾਰੇ, ਇਹ ਸਾਰੇ ਹੀ ਗ੍ਰਾਫ ਹੈ। ਤੇਰਵਾਂ, ਇੱਕ ਸਮਾਨ ਗਤੀ ਲਈ ਦੂਰੀ ਸਮਾਂ ਗ੍ਰਾਫ ਕਿਸ ਤਰ੍ਹਾਂ ਦਾ ਹੁੰਦਾ ਹੈ, ਸਮਾਨ ਗਤੀ ਸਿੱਧੀ ਰੇਖਾ, ਇੱਕ ਵਿਕਰੀ ਰੇਖਾ, ਛੜ ਗ੍ਰਾਫ, ਇਹਨਾਂ 'ਚ ਕੋਈ ਨਹੀਂ, ਸਿੱਧੀ ਰੇਖਾ ਆਉਂਦੀ ਹੈ, ਇਹਦਾ ਆਏਗਾ 13ਵੇਂ ਦਾ ਪਹਿਲਾ। ਵਿਸ਼ਰਾਮ ਅਵਸਥਾ ਵਿੱਚ ਜਿਹੜੀ ਵਸਤੂ ਦੀ ਦੂਰੀ XY ਧੁਰਾ ਅਤੇ ਸਮਾਂ X ਧੁਰਾ ਕਿਸ ਤਰ੍ਹਾਂ ਹੋਏਗੀ, X ਧੁਰੇ ਦੇ ਸਮਾਂਤਰ ਹੋਏਗੀ, Y ਧੁਰੇ ਦੇ ਸਮਾਂਤਰ ਹੋਏਗੀ, ਇਹ ਆਏਗੀ X ਦੇ ਸਮਾਂਤਰ। ਤੋ ਇਸ ਤਰੀਕੇ ਦਾ ਗ੍ਰਾਫ ਬਣੇਗਾ, ਇੱਧਰ ਆ ਗਿਆ ਸਮਾਂ, ਇੱਧਰ ਆ ਗਈ ਡਿਸਟੈਂਸ। ਸੋ ਡਿਸਟੈਂਸ ਕੋਈ ਨਹੀਂ ਹੈ ਅਤੇ ਇਹਦੇ ਪੈਰਲਰ ਆਏਗੀ। ਅੱਗੇ ਆ ਜਾਓ ਜੀ,
ਅਖੀਰਲਾ ਪ੍ਰਸ਼ਨ, ਅਧਿਆਪਕ ਜੀ ਨੇ ਜਮਾਤ ਵਿੱਚ ਡੋਲਨ ਗਤੀ ਪੜ੍ਹਾਉਂਦੇ ਸਮੇਂ ਡੋਲਨ ਗਤੀ ਦੀਆਂ ਕਈ ਉਦਾਹਰਨਾਂ ਦਿੱਤੀਆਂ, ਇਹਨਾਂ ਵਿੱਚੋਂ ਕਿਹੜੀਆਂ ਵਸਤੂਆਂ ਡੋਲਨ ਗਤੀ ਦਰਸਾਉਂਦੀਆਂ? ਸਧਾਰਨ ਪੈਂਡੂਲਮ, ਸਾਈਕਲ ਦੇ ਪਹੀਏ ਦੀ ਗਤੀ, ਰੇਲ ਗੱਡੀ ਦੀ ਗਤੀ। ਤਾਂ ਸਧਾਰਨ ਪੈਂਡੂਲਮ ਡੋਲਨ ਗਤੀ ਹੈ, ਸਾਈਕਲ ਦਾ ਪਹੀਆ ਅਤੇ ਜੋ ਹੈ ਚੱਕਰਾਕਾਰ ਗਤੀ ਹੈ, ਰੇਲ ਗੱਡੀ ਜੋ ਹੈ ਸਰਲ ਰੇਖੀ ਹੈ। ਤਾਂ ਇਸ ਲਈ ਇਹਦਾ ਸਹੀ ਉੱਤਰ ਆਏਗਾ 15ਵੇਂ ਦਾ ਪਹਿਲਾ। ਸੋ ਉਮੀਦ ਕਰਦੇ ਹਾਂ ਜੀ ਅੱਜ ਦੀ ਪ੍ਰੈਕਟਿਸ ਸ਼ੀਟ 7ਵੀਂ ਜਮਾਤ ਦੀ ਤੁਹਾਨੂੰ ਸਮਝ ਆ ਗਈ ਹੋਏਗੀ। ਇਸੇ ਤਰ੍ਹਾਂ ਅਗਲੇ ਵੀਡੀਓਸ 'ਚ ਤੁਹਾਨੂੰ 8ਵੀਂ, 9ਵੀਂ ਅਤੇ 10ਵੀਂ ਦੀ ਪ੍ਰੈਕਟਿਸ ਸ਼ੀਟਸ ਕਰਵਾਈਆਂ ਜਾਣਗੀਆਂ। ਥੈਂਕ ਯੂ ਵੈਰੀ ਮੱਚ।